ਕਿੱਥੇ ਆ ਗਏ? ਉੱਧਰ ਆ ਗਏ। ਫੜਾ ਮੈਂ ਕੀ ਲੱਗ ਰਿਹਾ? ਇੱਕ ਲਾਓ ਉਹਨਾਂ ਨੂੰ ਫੋਟੋ ਲਾਓ ਤੁਸੀਂ। ਕਿਤਾਬਾਂ ਹੋਰ ਕੁਝ ਚਾਹੀਦਾ? ਹੋਰ ਕਿਤਾਬਾਂ ਹੈਗੀਆਂ? ਉਹਨੂੰ ਠੀਕ ਕਰੋ। ਮੈਂ ਹੁਣੇ ਲੱਗ ਗਿਆ। ਫੋਟੋ ਠੀਕ ਕਰੋ। ਅੱਗੇ 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 ਆਪਣਾ ਸ਼ਰਟ ਠੀਕ ਹੈ। ਬਾਈ ਇੱਕ ਗੱਲ ਦੀ ਦਾਤ ਦੇਣੀ ਪਊਗੀ ਗੁਲਸ਼ਨ ਜੀ, ਅੱਜ ਕੱਲ ਦੇ ਹਾਲਾਤਾਂ 'ਚ ਵੀ ਤੁਸੀਂ ਆਪਣੀ ਬੇਟੀ ਨੂੰ ਸੰਸਕਾਰ ਬੜੇ ਵਧੀਆ ਦਿੱਤੇ ਨੇ। ਕਮਾਲ ਕਰਦੇ ਆ ਸਰਦਾਰ ਜੀ, ਪੁੱਛੋ ਕੋਈ ਨਾ। ਇੱਕ ਕੁੜੀ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ, ਉਹ ਕੜਕ ਚਾਹ ਦੇ ਪਿਆਲੇ ਵਰਗੀ ਹੁੰਦੀ। ਮਾਸਾ ਦੁੱਧ ਪੱਟੀ ਘੱਟ ਪਿਆ ਨੀ ਤੇ ਚਾਹ ਖਰਾਬ। ਮਤਲਬ ਸਮਝਾ ਨੀ ਮੈਂ ਤੁਸੀਂ। ਹਾਂ ਯਾਦ ਆਇਆ, ਤੁਹਾਨੂੰ ਪਤਾ ਚਾਹ ਦੇ ਵਿੱਚ ਅਦਰਕ ਬਹੁਤ ਜ਼ਰੂਰੀ ਹੈ, ਬੜਾ ਜ਼ਰੂਰੀ ਹੈ। ਕਿੰਨੇ ਕੱਪ ਚਾਹੀਦੇ ਬੇਟਾ? ਇਹ ਅਦਰਕ ਚਾਹ ਮੈਂ ਪਾਪਾ ਮੈਂ ਤੁਹਾਨੂੰ ਦੱਸਿਆ ਸੀ ਨਾ, ਬੜਾ ਫਨੀ ਨੇਚਰ ਹੈ ਇਹਨਾਂ ਦਾ। ਵੇਖੋ ਇਹਨਾਂ ਨੇ ਸੰਸਕਾਰ ਤੇ ਅਦਰਕ ਦਾ ਕਿੰਨਾ ਸੋਹਣਾ ਕੰਪੈਰੀਜ਼ਨ ਕੀਤਾ। ਟੀਚਰ ਨੇ ਨਾ ਵਿਦਵਾਨ। ਯੂ ਮੀਨ ਚਾਹ ਲਈ ਅਦਰਕ ਤੇ ਜੀਵਨ ਲਈ ਸੰਸਕਾਰ? ਵਾਹ ਵਾਹ ਬਈ, ਕਿਆ ਕੰਪੈਰੀਜ਼ਨ ਕੀਤਾ ਤੁਸੀਂ ਸੰਸਕਾਰ ਦਾ ਤੇ ਅਦਰਕ ਦਾ। ਪਰ ਬੁਰਾ ਨਾ ਮੰਨੋ ਤੁਸੀਂ, ਤੁਹਾਡੀਆਂ ਗੱਲਾਂ ਤੋਂ ਤੁਸੀਂ ਟੀਚਰ ਘੱਟ ਤੇ ਚਾਹ ਵਾਲੇ ਜ਼ਿਆਦਾ ਲੱਗਦੇ ਹੋ। ਲੋ ਕਮਾਲ ਕਰਦੇ ਹੋ, ਤਾਂ ਮੈਂ ਹੈ ਹੀ ਆ ਪਾਪਾ। ਬੜੇ ਡਾਊਨ ਟੂ ਅਰਥ ਨੇ, ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ। ਵੇਖੋ ਟੀਚਰ ਤੇ ਚਾਲੇ ਨੂੰ ਇੱਕ ਬਰਾਬਰ ਕਰਤਾ, ਕਹਿੰਦੇ ਕੰਮ ਸਭ ਤੋਂ ਉੱਚਾ। ਡਾਊਨ ਟੂ ਅਰਥ ਹੈ। ਫਿਰ ਤਾਂ ਆਪਣੀ ਬਿਟੀਆ ਮੋਬਾਈਲ ਦਾ ਇਸਤੇਮਾਲ ਵਗੈਰਾ? ਓ ਲੈ ਮਹਾਰਾਜ, ਜੁੜਿਆ ਹੀ ਨਹੀਂ ਕਦੇ। ਪਾਪਾ ਜੀ ਇਹਨਾਂ ਨੂੰ ਲੋੜ ਨਹੀਂ ਪੈਂਦੀ, ਬੜੀ ਸਾਦੀ ਜ਼ਿੰਦਗੀ ਜੀਂਦੇ ਨੇ। ਵੇਖੋ ਮੂੰਹ ਤੇ ਹੀ ਲਿਖਿਆ। ਯੂ ਮੀਨ ਡਾਊਨ ਟੂ ਅਰਥ? ਹਾਂ। ਕਹਿਣ ਦਾ ਮਤਲਬ ਹੈ ਅਰੇਂਜਮੈਂਟ ਮੈਂ ਹੀ ਕੀਤਾ ਨਾ ਇੱਥੇ ਲਿਆਉਣ ਦਾ, ਤੁਹਾਨੂੰ ਮਿਲਵਾਉਣ ਦਾ। ਅੱਛਾ ਅੱਛਾ ਅੱਛਾ। ਬਈ ਗੁਲਸ਼ਨ ਜੀ, ਜੀ ਥੋੜੀ ਇਹ ਕੜਕ ਚਾਹ ਮੈਨੂੰ ਚਾਹੀਦੀ ਹੈ ਆਪਣੇ ਬੇਟੇ ਦੀ ਜ਼ਿੰਦਗੀ 'ਚ ਤਾਜ਼ਗੀ ਲਿਆਉਣ ਲਈ। ਮੈਂ ਜੀ ਮੈਂ ਨਾ ਨਾ ਕਰ ਮਹਾਰਾਜ, ਮੈਂ ਤਾਂ ਇੱਕ ਗਰੀਬ ਜਿਹਾ ਟੀਚਰ ਹਾਂ ਜੀ। ਨਾ ਨਾ ਨਾ, ਤੁਸੀਂ ਟੈਨਸ਼ਨ ਨਾ ਲਓ, ਵਿਆਹ ਦਾ ਸਾਰਾ ਖਰਚਾ ਤੇ ਜਿੰਨੀਆਂ ਬਾਕੀ ਜ਼ਿੰਮੇਵਾਰੀਆਂ ਸਾਰੀਆਂ ਮੇਰੀਆਂ। ਹਲਵਾਈ ਦੇ ਵੀ ਤੁਸੀਂ ਦੇਣੇ ਆ? ਮੈਂ ਕਿਹਾ ਸਾਰਾ ਖਰਚਾ ਮੈਂ ਕਰੂੰਗਾ। ਠੀਕ ਆ, ਡਨ ਹੋ ਗਿਆ ਜੀ ਕੰਮ। ਡਨ ਆ? ਹਾਂਜੀ। ਚੱਟ ਮੰਗਣੀ ਤੇ ਪੱਟ ਵਿਆਹ। ਉਹ ਤੇਰੇ ਵਿਆਹ ਦੇ ਲੱਡੂ ਮੇਰੇ ਹਾਣ ਦੀ ਇਹ ਨਹੀਂ, ਦੱਸ ਕਿਹੜੇ ਹੌਸਲੇ ਖਾਵਾਨੀ। ਉਹ ਜੇ ਮੇਰੇ ਤੇ ਕਿਸੇ ਗੱਲ ਦਾ ਗੁੱਸਾ ਸੀ ਤੇ ਘਰੇ ਕੱਢ ਲੈਂਦਾ, ਇੱਥੇ ਮੈਨੂੰ ਕਿਉਂ ਸੱਦਿਆ ਮਕਬੂਲਪੁਰੀਆ ਸਾਹਿਬ? ਅੱਜ ਤੂੰ ਜਿੰਨੇ ਮੇਰੇ ਪੁੱਠੇ ਸਿੱਧੇ ਨਾਂ ਰੱਖਣੇ ਆ ਰੱਖ ਸਕਦਾ, ਮੈਂ ਬਿਲਕੁਲ ਮਾਈਂਡ ਨਹੀਂ ਕਰੂੰਗਾ ਸਕੂਲਾਂ 'ਚ ਜਵਾਕਾਂ ਨੂੰ ਗੋਲੇ ਵੇਚਣ ਵਾਲਿਆ। ਕਰਾਂ ਅੱਜ ਤੈਨੂੰ ਸਿਰਫ ਇਹ ਦੱਸਣ ਲਈ ਮੈਂ ਸੱਦਿਆ ਕਿ ਇੱਕ ਤੇ ਇੱਕ 11 ਹੁੰਦੇ ਆ। ਅਤੇ ਐਡੀ ਕਿੱਡੀ ਗੱਲ ਹੈ, ਤਾਂ ਜਵਾਕਾਂ ਨੂੰ ਪਤਾ ਇੱਕ ਤੇ ਇੱਕ 11 ਹੁੰਦੇ ਆ। ਫਿਰ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਜਦੋਂ ਹੜ੍ਹ ਆਉਂਦੇ ਆ ਖੁੱਡਾਂ 'ਚ ਪਾਣੀ ਭਰ ਜਾਂਦਾ, ਫਿਰ ਸੱਪ ਤੇ ਨਿਓਲਾ ਆਪਸੀ ਦੁਸ਼ਮਣੀ ਭੁੱਲ ਕੇ ਕਿਸੇ ਉੱਚੇ ਪੱਥਰ ਤੇ ਜਾ ਕੇ ਬਹਿ ਜਾਂਦੇ ਆ ਕਿ ਆਪਸੀ ਲੜਾਈ ਕਦੇ ਫੇਰ ਲੜ ਲਾਂਗੇ, ਪਹਿਲਾਂ ਪਾਣੀ ਉੱਤਰ ਲੈਣ ਦੀ ਹੈ। ਇਹ ਤਾਂ ਮੈਨੂੰ ਪਤਾ ਤੇ ਸੱਪ ਕੌਣ ਹੈ, ਨਿਓਲਾ ਕੌਣ ਹੈ, ਪਰ ਆ ਜਿਹੜਾ ਤੀਜਾ ਹੜ੍ਹ ਬਣ ਕੇ ਆਇਆ ਇਹ ਕੌਣ? ਤੀਸਰੇ ਦਾ ਨਾਂ ਟਾਈਗਰ ਤੋਚੀ, ਜਿਹਨੂੰ ਤੂੰ ਸੁਪਾਰੀ ਦਿੱਤੀ ਸੀ ਮੈਨੂੰ ਚੁੱਕਣ ਦੀ, ਪਰ ਹੁਣ ਉਹ ਮੇਰੇ ਨਾਲ ਦੁਸ਼ਮਣੀ ਭੁੱਲ ਚੁੱਕਿਆ, ਹੁਣ ਉਹਦਾ ਰੁੱਖ ਸੈਂਡੀ ਜੀ ਦੇ ਮੁੱਖ ਵੱਲ ਆ। ਸੈਂਡੀ ਵੱਲ? ਹਾਂ, ਦੇਖੀ ਕਿਤੇ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਬਾਜ਼ੀ ਨਾ ਮਾਰ ਜਾਵੇ। ਤਾਂ ਇਹ ਗੱਲ ਆ, ਸਾਡੀ ਬਿੱਲੀ ਸਾਨੂੰ ਮਿਆਉਂ, ਹੁਣ ਵੇਖੀ ਸ਼ਮਸ਼ੇਰ ਦੀਆਂ ਪਹੁੰਚਾਂ, ਇਹਨੂੰ ਮੈਂ ਕੁੱਤੇ ਠੀਕਰ ਪਾਣੀ ਪਿਆਉਂ, ਇੱਕ ਹਫ਼ਤੇ ਦੇ ਅੰਦਰ ਅੰਦਰ ਡਿਪੋਰਟ ਕਰਾਊਂ। ਜੇ ਰਾਂਝੇ ਕਾ ਬੱਚਾ ਵੀ, ਸ਼ਾਇਦ ਉਸਕਾ ਨਾਮ ਮਜਨੂੰ ਹੈ, ਹਾਂ ਜੇ ਮਜਨੂੰ ਕਾ ਬੱਚਾ ਕਾਮ ਕੋਈ ਕਰੇ ਨਾ ਕਰੇ, ਚਾਹੇ ਦੁੱਖ ਤੋੜ ਬਣਾਤਾ ਹੈ ਬੰਦਾ, ਲੱਗਦਾ ਜੇ ਆਪਣੀ ਚੌਂਕੀ ਭੁੱਲ ਗਿਆ। ਅੱਛਾ ਪਲੱਕੜ ਮੇਰੇ ਪੱਲੇ ਬਣਨੇ ਥੇ, ਅਰੇ ਆ ਜਾ, ਉਹ ਠਹਿਰੇ ਇਸਕੇ ਆਗੇ ਮਤ ਜਾ, ਆਗੇ ਕਿਆ ਹੈ ਵੋ, ਉਹ ਦੂਜਾ ਦੇਸ਼ ਹੈ, ਤੂੰ ਉਸ ਦਿਨ ਤੋਂ ਬਚ ਗਿਆ ਥਾ, ਇਸਕੋ ਅਬ ਗੋਲੀ ਲੱਗਣੀ ਹੈ, ਉਹ ਤੁਝੇ ਮਾਰ ਦੇਣਗੇ, ਉਹ ਮਰ ਗਿਆ। ਬਾਈ ਜੀ, ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਉਹ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ
ਉਧਰ ਗਲਤੀ ਨਾਲ ਚੱਲ ਗਈ ਸੀ ਮੇਰੇ ਤੋਂ ਗੋਲੀ। ਇਹ ਹਿੰਦੁਸਤਾਨੀ ਨੇ ਬੜੇ ਨੱਕ ਚ ਦਮ ਕੀਤਾ, ਪਤਾ ਨਹੀਂ ਕਿਉਂ ਹਦੂਦ ਪਾਰ ਆ ਗਿਆ। ਅੱਜ ਇਹਨੂੰ ਬਣਾ ਕੇ ਵੇਖ। ਮਰ ਗਿਆ ਮੈਂ। ਆਜਾ। ਔਰ ਤੁਮਕੋ ਇੰਨੀ ਕੀ ਅਕਲ ਹੈ ਸਾਹਿਬ? ਉਦਣ ਜਿਹਦੇ ਪੈਰ ਤੇ ਗੋਲੀ ਵੱਜੀ ਸੀ ਨਾ, ਉਹ ਭਾਈ ਆ ਮੇਰਾ। ਮੈਨੂੰ ਆਪ ਬਾਪੂ ਨੇ ਦੱਸਿਆ। ਜੋ ਵੀ ਹੈ ਉਹ ਦੁਸ਼ਮਣ ਦੇਸ਼ ਕਾ ਫੌਜੀ ਹੈ, ਸਮਝੋ। ਸਾਡੇ ਦੋਹਾਂ ਚ ਕਾਹਦੀ ਦੁਸ਼ਮਣੀ, ਅਸੀਂ ਤਾਂ ਇੱਕੋ ਮਾਂ ਦੇ ਜਾਏ ਆ। ਇਸ ਜੱਟ ਕੋ ਕੈਸਾ ਸਮਝਾਊ, ਚੱਲ ਮੇਰੇ ਸਾਥ ਆ, ਤੁਮੇ ਚਾਹ ਬਲਾਤਾ ਹੂੰ। ਬੈਠੋ ਮੰਜੇ ਪੇ, ਗੋਲੀਓ ਸੇ ਬਚ ਕੇ ਆਏ ਹੋ, ਤੁਮੇ ਮੈਂ ਬੰਬ ਸੀ ਚਾਹ ਬਲਾਤਾ ਹੂੰ। ਮਾਨ ਲੈਤੇ ਆ ਕਿ ਤੇਰੇ ਬਾਪੂ ਨੇ ਦੱਸਾ ਕਿ ਵੋ ਤੇਰਾ ਭਾਈ ਹੈ, ਤਾਂ ਤੁਮ ਵੀ ਸਮਝੋ ਵੋ ਪਾਕਿਸਤਾਨ ਹੈ ਜਾਂ ਹਿੰਦੁਸਤਾਨ ਹੈ। ਚੁੱਪ ਚਾਪ ਨੌਕਰੀ ਕਰੋ, ਇਸੀ ਮੈਂ ਭਲਾਈ ਹੈ, ਸਮਝੇ ਕਿ ਨਹੀਂ? ਜੱਟ ਕੇ ਪੁੱਤ ਕਾਨ ਖੋਲ ਕੇ ਮੇਰੀ ਬਾਤ ਸੁਣ ਲੈ, ਤੂੰ ਆਪ ਤੋਂ ਗੋਸੜੇ ਖਾਏਗਾ ਹੀ ਖਾਏਗਾ, ਸਾਸਾਂ ਨੂੰ ਮੁਝੇ ਵੀ ਬਣਵਾਏਗਾ। ਅਗਰ ਤੂੰ ਦੁਬਾਰਾ ਮੁੜ ਕੇ ਉਧਰ ਗਿਆ ਤਾਂ ਤੇਰਾ ਮੈਂ ਮੰਜਾ ਬਿਸਤਰਾ ਖੋਲ ਕਰ ਦੂੰਗਾ। ਸਭ ਬੰਦੇ ਮਾੜੇ ਨਹੀਂ ਜੀ ਹੈਗੇ ਮੇਰੇ ਪੁੱਤ ਦੇ। ਕਿਉਂ? ਤੇਰੇ ਕੋਲ ਬਾਹਾਂ ਜਾਤੇ ਚਾਹ ਕੇ ਸਾਥ ਬਦਾਨਾ ਦੇਤੇ ਆ। ਸਭ ਤੁਸੀਂ ਆਪ ਸੋਚੋ, ਜਿਹੜੀਆਂ ਗੋਲੀਆਂ ਮੇਰੇ ਪੈਰਾਂ 'ਚ ਮਾਰ ਰਹੇ ਸੀ ਉਹ ਮੇਰੀ ਹਿੱਕ 'ਚ ਵੀ ਮਾਰ ਸਕਦੀ ਸੀ ਕਿ ਨਹੀਂ? ਤੇਰਾ ਕੁਝ ਨਹੀਂ ਹੋ ਸਕਦਾ ਝੰਡਾ ਸਿੰਘ। ਝੰਡਾ ਸਿੰਘ ਨੀ ਜੀ, ਰਾਜਾ ਸਿੰਘ। ਚਲੋ ਜੋ ਵੀ ਹੈ, ਬਸ ਧਿਆਨ ਚ ਰੱਖੀ, ਤੂੰ ਉਧਰ ਨਹੀਂ ਜਾਣਾ, ਨਹੀਂ ਜਾਣਾ, ਸਮਝਿਆ? ਹੀਰ ਆਖਦੀ ਜੋਗੀਆ ਝੂਠ ਬੋਲੇ ਤੇ ਕੌਣ ਰੁੱਟੜੇ ਯਾਰ ਮਨਾਮ ਦਾਈ। ਹਾਂਜੀ, ਕਿੰਨੇ ਕੱਪ? ਮੈਂ ਕਹਾਂ ਆ ਲਓ ਮਹਾਰਾਜ, ਲਓ ਜੀ। ਕਿਹੜੀ ਗੱਲ ਆ? ਓ ਬੰਦਾ ਦੱਸਦਾ, ਓ ਦੇਖੋ ਮਾਲਕੋ, ਪੀਲੀ ਟੀ ਸ਼ਰਟ ਵਾਲਾ, ਗੁਲਸ਼ਨ ਚਾਹ ਵਾਲਾ। ਓ ਬੱਲੇ ਸ਼ੇਰਾ, ਚਾਚਾ ਕਿੱਦਾਂ ਕਾਇਮ ਆ? ਲੈ ਚਾਹ ਪੀ, ਮੈਨੂੰ ਲੱਗਦਾ ਚਾਚੀ ਨਾਲ ਬਣਦੀ ਨੀ। ਹੀਰ ਆਖਦੀ ਜੋਗੀਆ ਝੂਠ ਬੋਲੇ ਕੌਣ ਰੁੱਟੜੇ ਯਾਰ ਮਨਾਮ ਦਾਈ। ਭਾਜੀ ਕਿੰਨਾ ਸੁਰੀਲਾ ਗਾਉਂਦੇ ਹੋ, ਸਿੱਧੀ ਦਿਲ ਚ ਵੱਜਦੀ ਆਵਾਜ਼। ਮਹਾਰਾਜ ਗਾਉਣ ਦੀ ਛੱਡੋ, ਮੈਂ ਤਾਂ ਐਕਟਿੰਗ ਦੇ ਵੀ ਵੱਟ ਕੱਢੇ ਆ। ਬੜੀ ਸੋਹਣੀ ਅੱਜ ਤੋਂ ਮੇਰੀ ਧੀ? ਹਾਂਜੀ। ਉਹ ਛਦਾਈਆ ਤੈਨੂੰ ਭੁਲੇਖਾ, ਮੇਰਾ ਤਾਂ ਵਿਆਹ ਨਹੀਂ ਹੋਇਆ, ਮੈਂ ਛੜਾ ਬੰਦਾ। ਨਹੀਂ ਨਹੀਂ, ਇਹ ਤੁਸੀਂ ਕਲਾਕਾਰੀ ਕਰਨੀ ਹੈ, ਰੌਲਾ ਪਾ ਪਾ ਕੇ ਲੋਕਾਂ ਨੂੰ ਕਹਿਣਾ ਕਿ ਹਾਂ ਇਹ ਮੇਰੀ ਧੀ ਹੈ। ਉਹ ਜਿਹੜੀ ਫਿਲਮਾਂ 'ਚ ਹੁੰਦੀ ਹੈ, ਧੀ ਰਾਣੀ ਹੈ, ਤੂੰ ਮੇਰੀ ਧੀ ਹੈ। ਪਾਪਾ ਜੀ ਕੀ ਦਰਦ ਹੈ, ਇਹ ਫਿਰ ਹੁਣ ਤੋਂ ਤੁਹਾਡੀ ਧੀ ਹੈ। ਇੱਦਾਂ ਕਿੱਦਾਂ ਮੰਨ ਜੀ ਮੇਰੀ ਧੀ ਹੈ? ਕਿਉਂ ਬਈ, ਹੁਣੇ ਤਾਂ ਮੰਨਿਆ ਸੀ। ਉਹ ਜਾ ਭਰਾਵਾ, ਇੱਦਾਂ ਨਹੀਂ ਮੰਨ ਸਕਦੇ ਬਈ। ਹੁਣ ਠੀਕ ਹੈ? ਨਹੀਂ। ਤੇ ਹੁਣ? ਹਜੇ ਵੀ ਨਹੀਂ। ਨਾ ਨਾ, ਹੁਣ ਹੁਣ ਤੇ ਠੀਕ ਆ। ਹਾਂ, ਹੁਣ ਤਾਂ ਧੀ ਦਾ ਕੀ ਆ, ਹੁਣ ਤਾਂ ਤੂੰ ਮੁੰਡਾ ਵੀ ਮੇਰਾ ਹੀ ਲੱਗਣ ਡਿਆ। ਨਹੀਂ ਨਹੀਂ, ਬਸ ਧੀ ਤੱਕ ਹੀ ਰਹੋ, ਧੀ ਤੱਕ ਹੀ ਰਹੋ। ਠੀਕ ਆ ਜੀ, ਇੱਧਰ ਆਓ ਮਾਲਕੋ। ਵੈਸੇ ਬੰਦਾ ਤੂੰ ਲੱਕੀ ਆ ਬਈ। ਆ ਵੇਖੋ ਜੀ, ਆ ਤੁਹਾਡੀ ਧੀ ਤੇ ਆ ਤੁਹਾਡੇ ਪਾਪਾ ਜੀ।
होर पुत किदा ठीक है? फिक्र कोई नहीं करना, जदों मर्जी आ मुंडिया लेके इनू चाह पियावांगे कंडेदार हैं। चलो ठीक है फिर मिलदे हैं कल नू। शूटिंग दा हां ओ बंदे तेरे शाजा ए आ पुत ध्यान ना जायो आ। ओ देखो जनाब राज ने तोड़ा बापू लब लिया। वैसे एक गल देखी है, ये सारा राज दा कमाल है, आज तोड़े जन्मदिन ते तोनू गिफ्ट दिता है तोड़ा बापू। हुण साडा होगा ब्याह।